ਔਰ ਪ੍ਰਬੁੱਧ ਅਤੇ ਵਿਵੇਕੀ ਗੁਰੂ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਹਾਂ ਕਿ ਇੱਥੇ ਆਪ ਜੀ ਜੈਸੇ ਸਿਆਣੇ ਵਿਵੇਕੀ ਔਰ ਗੁਰਸਿੱਖੀ ਦੀ ਕਮਾਈ ਕਰਨ ਵਾਲੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੀ ਸੰਗਤ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਇਹਦੇ ਵਾਸਤੇ ਡਾਕਟਰ ਗੁਰਦੇਵ ਸਿੰਘ, ਸਰਦਾਰ ਰਵਿੰਦਰ ਸਿੰਘ ਹੋਰੀ, ਸਰਦਾਰ ਹਰਿੰਦਰਪਾਲ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਅਤੇ ਹੋਰ ਬਹੁਤ ਸਾਰੇ ਗੁਰਮੁਖਾਂ ਨੇ, ਹੰਸਰਾ ਜੀ ਨੇ, ਇਹਨਾਂ ਸਾਰਿਆਂ ਨੇ ਬਹੁਤ ਪ੍ਰਯਤਨ ਕੀਤਾ ਹੈ ਕਿ ਮੇਰੀ ਇਸ ਅਮਰੀਕਾ ਫੇਰੀ ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਮੈਨੂੰ ਸੰਗ ਪ੍ਰਾਪਤ ਹੋ ਸਕੇ। ਲੈਕਚਰ, ਪ੍ਰਵਚਨ, ਉਪਦੇਸ਼, ਸਿੱਖੀ ਵਿੱਚ ਇਹਦਾ ਕੋਈ ਉਹੋ ਜਿਹਾ ਸਥਾਨ ਨਹੀਂ ਜਿਹੜਾ ਹੁਣ ਬਣਦਾ ਜਾ ਰਿਹਾ ਹੈ। ਜਿਹੜੀ ਗੁਰਸਿੱਖੀ ਹੈ ਇਹਦੇ ਵਿੱਚ ਸਤਸੰਗੀਆਂ ਦਾ ਸੰਗ ਕਰਨਾ, ਸਤਸੰਗ ਕਰਨਾ ਇਹਦੀ ਹੀ ਪਰੰਪਰਾ ਹੈ। ਜਦੋਂ ਭਾਰਤ ਦਾ ਖਾਸ ਕਰਕੇ ਸਾਡੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਦੇ ਜਿਹੜੇ ਪ੍ਰਚਾਰਕ ਨੇ ਉਹ ਇੱਕ ਉਪਦੇਸ਼ਕ ਵਾਂਗ ਉਪਦੇਸ਼ ਕਰਦੇ ਹਨ। ਸਾਡੇ ਵਿੱਚ ਥੋੜ੍ਹਾ ਜਿਹਾ ਹੁਣ ਵਿਗਾੜ ਆ ਰਿਹਾ ਕਿ ਸਾਡੇ ਪ੍ਰਚਾਰਕ ਵੀ ਉਪਦੇਸ਼ ਕਰਨ ਲੱਗ ਗਏ ਨੇ, ਨਹੀਂ ਤਾਂ ਸਾਡੇ ਉਪਦੇਸ਼ ਕਰਨ ਦੀ ਪਰੰਪਰਾ ਜਿਹੜੀ ਸੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਉਪਦੇਸ਼ ਕਰਨ ਦੀ ਪਰੰਪਰਾ ਨਹੀਂ ਹੈ, ਆਪਣੇ ਆਪ ਨੂੰ ਸਮਝਾਉਣ ਦੀ ਪਰੰਪਰਾ ਹੈ। ਇਸ ਕਰਕੇ ਜਿੱਥੇ ਹੋਰ ਧਰਮਾਂ ਦੇ ਉਪਦੇਸ਼ਕ ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰਨਾ ਹੈ, ਤੁਸੀਂ ਇਹ ਕਰਿਆ ਕਰੋ, ਉੱਥੇ ਜਿਹੜਾ ਸਿੱਖ ਪ੍ਰਚਾਰਕ ਅਸਲ ਰੂਪ ਵਿੱਚ ਹੈ ਉਹ ਕਹੇਗਾ ਸਾਨੂੰ ਇਹ ਕਰਨਾ ਚਾਹੀਦਾ, ਮੈਨੂੰ ਇਹ ਕਰਨਾ ਚਾਹੀਦਾ। ਸੋ ਮੈਂ ਆਪ ਜੀ ਨੂੰ ਕੋਈ ਪ੍ਰਵਚਨ ਸੁਣਾਉਣ ਨਹੀਂ ਆਇਆ, ਕੋਈ ਉਪਦੇਸ਼ ਕਰਨ ਨਹੀਂ ਆਇਆ, ਮੈਂ ਤਾਂ ਆਪ ਜੀ ਦੇ ਨਾਲ ਸਤਸੰਗ ਕਰਨ ਵਾਸਤੇ ਆਇਆ ਤਾਂ ਕਿ ਜੋ ਗਿਆਨ ਤੁਹਾਡੇ ਕੋਲ ਹੈ ਉਹਦੀ ਆਸੀਸ ਮੈਨੂੰ ਪ੍ਰਾਪਤ ਹੋ ਸਕੇ।